ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਲੋਕਡਾਊਨ ਦੌਰਾਨ ਹਰ ਲੋੜਵੰਦ ਤੇ ਗਰੀਬ ਪਰਿਵਾਰ ਨੂੰ ਰਾਸ਼ਨ ਦੇਣ ਦੀ ਗੱਲ ਆਖੀ ਗਈ ਸੀ, ਪਰ ਦੂਜੇ ਪਾਸੇ ਸਰਕਾਰ ਵੱਲੋਂ ਪਹਿਲਾਂ ਤੋਂ ਚੱਲਦੇ ਆ ਰਹੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਜਾਣ ਤੇ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਇਸੇ ਨੂੰ ਲੈ ਕੇ ਹਲਕਾ ਫਗਵਾੜਾ ਵਿਖੇ ਕਰੀਬ 9000 ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ SDM ਫਗਵਾੜਾ ਦੇ ਨਾਮ ਤਹਿਸੀਲਦਾਰ ਫਗਵਾੜਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਕੱਟੇ ਗਏ ਕਾਰਡਾਂ ਨੂੰ ਜਲਦ ਬਹਾਲ ਕੀਤਾ ਜਾਵੇ ਅਤੇ ਨਾਲ ਹੀ ਨਵੇਂ ਕਾਰਡ ਵੀ ਬਣਾਏ ਜਾਣ। ਇਸ ਮੌਕੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਨੇ ਕਿਹਾ ਹੈ ਕਿ ਸਰਕਾਰ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਸਗੋਂ ਸਰਕਾਰੀ ਰਾਸ਼ਨ ਆਧਾਰ ਕਾਰਡ ਤੇ ਮਿਲਣ ਦਾ ਕਹਿ ਕੇ ਲੋਕਾਂ ਨੂੰ ਹੋਰ ਪੰਬਲ ਭੂਸੇ ਵਿੱਚ ਪਾ ਦਿੱਤਾ ਹੈ। ਹਲਕਾ ਵਿਧਾਇਕ ਧਾਲੀਵਾਲ ਵੱਲੋਂ ਮੋਦੀ ਸਰਕਾਰ ਤੋਂ ਹਰ ਗਰੀਬ ਦੇ ਖਾਤੇ ਵਿੱਚ 10000 ਪਾਉਣ ਦੀ ਮੰਗ ਤੇ ਹਰਭਜਨ ਸੁਮਨ ਨੇ ਕਿਹਾ ਕਿ ਧਾਲੀਵਾਲ ਸਾਹਿਬ ਪਹਿਲਾਂ ਜੋ ਉਹਨਾਂ ਦੇ ਨੱਕ ਹੇਠ ਗਰੀਬਾਂ ਦੇ ਕਾਰਡ ਕੱਟੇ ਗਏ ਨੇ ਉਸ ਦਾ ਜਵਾਬ ਦੇਣ। ਅੱਜ ਬਹੁਜਨ ਸਮਾਜ ਪਾਰਟੀ ਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਮਾਨਯੋਗ SDM ਸਾਹਿਬ ਦੇ ਨਾਲ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਜਿਹੜੀ ਮੁੱਖ ਮੰਗ ਇਹ ਹੈ ਕਿ ਫਗਵਾੜੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੀਲੇ ਕਾਰਡ ਕੱਟੇ ਗਏ ਹਨ। ਸਾਡੀ ਇਹ ਪੁਰਜ਼ੋਰ ਮੰਗ ਹੈ ਕਿ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ, ਕਿਉਂਕਿ ਸਰਕਾਰ ਨੇ ਬੜਾ ਹੀ ਪਬਲਿਕ ਨੂੰ ਭੰਬਲ ਭੂਸੇ 'ਚ ਪਾਇਆ ਕਿ ਆਧਾਰ ਕਾਰਡਾਂ 'ਤੇ ਰਾਸ਼ਨ ਮਿਲਣਾ। ਇਸ ਤਰ੍ਹਾਂ ਦਾ ਕੋਈ ਜ਼ਮੀਨ 'ਤੇ ਕੰਮ ਨਹੀਂ ਹੈ। ਆਧਾਰ ਕਾਰਡਾਂ 'ਤੇ ਰਾਸ਼ਨ ਵੀ ਉਹਨੂੰ ਹੀ ਮਿਲਦਾ ਜਿਹਦਾ ਨੀਲਾ ਕਾਰਡ ਬਣਿਆ, ਅਤੇ ਜਿਨ੍ਹਾਂ ਦੇ 9000 ਦੀ ਗਿਣਤੀ ਦੇ ਲਮਸਮ ਨੀਲੇ ਕਾਰਡ ਕੱਟੇ ਆ, ਮਜਬੂਰੀ ਉਹਨਾਂ ਦੀ ਹੈ ਕਿ ਉਹਨਾਂ ਨੂੰ ਰਾਸ਼ਨ ਕਿੱਦਾਂ ਮਿਲੂਗਾ। ਇਹ ਜਿਹੜੀ ਸਰਕਾਰ ਹੈ ਸਿਰਫ TV 'ਤੇ ਬੈਠ ਕੇ ਜਾਂ ਅਖਬਾਰਾਂ 'ਚ ਐਡ ਦੇ ਕੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਰਹੀ ਹੈ। ਕੱਲ੍ਹ TV 'ਤੇ ਦੇਖ ਰਹੇ ਸੀ ਕਿ ਧਾਲੀਵਾਲ ਸਾਹਿਬ ਨੇ ਮੋਦੀ ਸਾਹਿਬ ਤੋਂ ਮੰਗ ਕੀਤੀ ਕਿ ਹਰ ਖਾਤੇ 'ਚ 10000 ਰੁਪਇਆ ਪਾਇਆ ਜਾਵੇ। ਮੈਂ ਧਾਲੀਵਾਲ ਸਾਹਿਬ ਤੋਂ ਇਹ ਮੰਗ ਕਰਦਾ ਕਿ ਜਿਹੜਾ ਤੁਹਾਡੇ ਨੱਕ ਦੇ ਥੱਲੇ 10000 ਕਾਰਡ ਕੱਟਿਆ ਗਿਆ ਉਹਦਾ ਜ਼ਿੰਮੇਦਾਰ ਕੌਣ ਹੈ? ਜਿਹੜਾ 10000 ਬੰਦਾ ਅੱਜ ਰੋਟੀ ਤੋਂ ਬੇਰੋਜ਼ਗਾਰ ਫਗਵਾੜੇ ਦੇ ਵਿੱਚ ਨੀਲੇ ਕਾਰਡ ਜਿਹੜਾ ਕੱਟ ਗਏ ਉਹਨਾਂ ਦਾ ਜ਼ਿੰਮੇਦਾਰ ਕੌਣ ਹੈ? ਤੁਸੀਂ ਦਿੱਲੀ ਤੱਕ ਤਾਂ ਪਹੁੰਚ ਕਰਦੇ ਆ ਆਪਣੇ ਜਿਹੜੇ ਮੰਡੀ ਦੇ ਵਿੱਚ ਜਿੱਥੇ ਡਿਪੂ ਹੋਲਡਰ ਬੰਦਾ ਬਣਿਆ ਹੋਇਆ ਸੈਂਟਰ ਜਿਹਨੂੰ ਲਾਲ ਕੋਠੀ ਕਹਿੰਦੇ ਆ, ਉੱਥੇ ਲੋਕ ਰੋਜ਼ 300 ਦੇ ਕਰੀਬ ਜਾਂਦਾ, ਉੱਥੇ ਕੋਈ ਪੁੱਛ ਗਿੱਛ ਨਹੀਂ ਹੁੰਦੀ, ਰੋਜ਼ 30 ਬੰਦਿਆਂ ਨੂੰ ਹੈਂਡਲ ਕਰਦੇ ਆ। ਜੇ 30 ਬੰਦਿਆਂ ਨੂੰ ਰੋਜ਼ ਹੈਂਡਲ ਕਰੋਗੇ ਤਾਂ 2 ਸਾਲ ਲੱਗ ਜਾਣਗੇ 9000 ਬੰਦਿਆਂ ਨੂੰ ਹੈਂਡਲ ਕਰਦੇ ਹੋਏ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇੱਕ ਤਾਂ ਉੱਥੇ ਜਿਹੜਾ ਲੋਕ ਰੋਜ਼ ਆਉਂਦੇ ਆ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਉੱਥੇ ਜਿਹੜੇ ਲੋਕ ਹੈ ਜਿਹਨਾਂ ਦੀ ਗਿਣਤੀ ਇੰਪਲਾਈਜ਼ ਦੀ ਵਧਾਈ ਜਾਵੇ, ਅਤੇ ਜਲਦ ਤੋਂ ਜਲਦ ਜਿਹੜੇ 9000 ਦੇ ਕਰੀਬ ਨੀਲੇ ਕਾਰਡ ਬਣਾਏ ਕੱਟੇ ਗਏ ਆ ਉਹਨਾਂ ਨੂੰ ਬਣਾਇਆ ਜਾਵੇ, ਅਤੇ ਨਵੇਂ ਲੋਕ ਜਿਹਨਾਂ ਨੇ ਅਪਲਾਈ ਕੀਤੇ ਆ ਉਹਨਾਂ ਦੇ ਵੀ ਬਣਾਏ ਜਾਣ। ਅਗਰ ਇਹ ਜਲਦੀ ਹੀ ਮਸਲਾ ਹੱਲ ਨਹੀਂ ਹੁੰਦਾ ਤਾਂ ਬੁੱਧਵਾਰ ਨੂੰ ਬਹੁਜਨ ਸਮਾਜ ਪਾਰਟੀ ਅਤੇ ਅੰਬੇਡਕਰ ਸੈਨਾ ਵੱਲੋਂ ਲਾਲ ਕੋਠੀ ਦਾਣਾ ਮੰਡੀ ਦੇ ਵਿੱਚ SDM ਸਾਹਿਬ ਦੇ ਖਿਲਾਫ ਔਰ ਇੱਥੇ ਦੇ MLA ਦੇ ਖਿਲਾਫ ਧਰਨਾ ਦਿੱਤਾ ਜਾਵੇਗਾ। ਮੰਗ ਪੱਤਰ ਲੈਣ ਉਪਰੰਤ ਤਹਿਸੀਲਦਾਰ ਫਗਵਾੜਾ ਨੇ ਭਰੋਸਾ ਦਿੱਤਾ ਹੈ ਕਿ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।